ਕਿਰਜੀ ਦਾ ਖਲਸਾ ਵਾਹੀ ਕਿਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈ ਆਪਾਂ ਕਮਲ ਦੇ ਫੁੱਲ ਨੂੰ ਵੇਖਦੇ ਹਾਂ ਉਹ ਚਿੱਕੜ ਵਿੱਚ ਵੀ ਉੱਗਿਆ ਹੁੰਦਾ ਪਰ ਫਿਰ ਵੀ ਉਸ ਤੋਂ ਨਿਰਲੇਪ ਰਹਿੰਦਾ ਅਤੇ ਸਭ ਨੂੰ ਖੁਸ਼ਬੂ ਵੰਡਦਾ ਓਵੇਂ ਆਪਾਂ ਬੰਨੇ ਇਕੱਲਾ ਆਪਾਂ ਪੱਲੇ ਬਣ ਲਈਏ ਵੀ ਆਪਾਂ ਆਪਣੇ ਮਨ ਨੂੰ ਦੁਖੀ ਤੇ ਰੋਣ ਨਹੀਂ ਦੇਣਾ ਮਨ ਨੂੰ ਗਲਤ ਰਾਹ ਤੇ ਨਹੀਂ ਜਾਣ ਦੇਣਾ ਜਿਵੇਂ ਗਲਤ ਸੋਚਣ ਦੀ ਕੋਈ ਸੀਮਾ ਨਹੀਂ ਹੁੰਦੀ ਓਵੇਂ ਚੰਗਾ ਸੋਚਣ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਤੁਸੀਂ ਸਭ ਨਾਲ ਸੋਨਾ ਵਤੀਰਾ ਕਰਨਾ ਹੈ ਕਿਉਂਕਿ ਸਾਡਾ ਕਰਮ ਸਾਡਾ ਭਵਿਕ ਉਹੀ ਲਿਖਦੇ ਪਏ ਨੇ ਭਾਵ ਜੋ ਆਪਾਂ ਕਰਦੇ ਹਾਂ ਉਹੀ ਆਪਣੇ ਨਾਲ ਹੁੰਦਾ ਹੈ ਜੇ ਆਪਾਂ ਚੰਗਾ ਕਰਾਂਗੇ ਤੇ ਆਪੇ ਚੰਗਾ ਹੋਵੇਗਾ ਕਈ ਲੋਕ ਆਖਦੇ ਨੇ ਕਿ ਸਾਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਸੋਚਦੇ ਨੇ ਕਿ ਗੁੱਸਾ ਨਾ ਕਰੀਏ ਪਰ ਹਰ ਵਾਰ ਸਿਰਫ ਬੋਲਦੇ ਆ ਤੇ ਗੁੱਸਾ ਕਰ ਬੈਠਦੇ ਨੇ ਕਈ ਲੋਕ ਤਾਂ ਕਸਮਾਂ ਵਿਖਾ ਲੈਂਦੇ ਨੇ ਕਿ ਗੁੱਸਾ ਤਾਂ ਕਰਨਾ ਹੀ ਨਹੀਂ ਪਰ ਫਿਰ ਵੀ ਬੜਾ ਗੁੱਸਾ ਆਉਂਦਾ ਹੈ ਗੁੱਸਾ ਐਵੇਂ ਦੀ ਚੀਜ਼ ਹੈ ਜੋ ਤੁਹਾਡਾ ਕਿੰਨਾ ਵੀ ਪਿਆਰਾ ਰਿਸ਼ਤਾ ਹੋਵੇ ਉਸ ਵਿੱਚ ਵੀ ਜ਼ਹਿਰ ਕੋਲ ਦੇਵੇਗਾ ਗੁੱਸਾ ਪਹਿਲਾਂ ਸਾਡੇ ਮਨ ਵਿੱਚ ਜ਼ਹਿਰ ਭਰਦਾ ਹੈ ਫਿਰ ਸਾਡੀ ਜ਼ਿੰਦਗੀ ਵਿੱਚ ਫਿਰ ਸਾਡੇ ਨਾਲ ਜੁੜੀ ਸਾਰੀ ਦੁਨੀਆ ਵਿੱਚ ਜ਼ਹਿਰ ਪਰ ਜਾਂਦਾ ਹੈ ਗੁੱਸਾ ਕਰਨ ਵਾਲੇ ਗੁੱਸਾ ਕਰਨ ਤੋਂ ਪਹਿਲਾਂ ਵੀ ਦੁਖੀ ਹੁੰਦੇ ਨੇ ਕਰਦੇ ਸਮੇਂ ਵੀ ਦੁਖੀ ਹੁੰਦੇ ਨੇ ਤੇ ਕਰਨ ਤੋਂ ਬਾਅਦ ਵੀ ਦੁੱਖ ਵਿੱਚ ਹੀ ਹੁੰਦੇ ਨੇ ਕਦੇ ਸੋਚ ਕੇ ਵੇਖਿਓ ਗੁੱਸਾ ਕਰਕੇ ਕਦੇ ਕੋਈ ਖੁਸ਼ੀ ਮਿਲੀ ਹੈ ਕਦੇ ਕੋਈ ਸੁਖ ਮਿਲੇ ਇਸੇ ਨੂੰ ਇਜਾਜ਼ਤ ਦੋਗੇ ਕਿ ਕੋਈ ਆਕੇ ਤੁਹਾਡੇ ਤੇ ਗੁੱਸਾ ਕਰਜੇ ਕੀ ਜੋ ਮੇਰਾ ਮਨ ਕਰੇ ਮੈਂ ਬੋਲ ਕੇ ਜਿਵੇਂ ਮਰਜੀ ਬੋਲ ਜਾ ਕੋਈ ਵੀ ਮਨੁੱਖ ਕਿਸੇ ਦੂਜੇ ਦਾ ਜੋ ਦੁਆਰਾ ਬੋਲੇਗੇ ਜੋ ਸ਼ਬਦ ਹੁੰਦੇ ਨੇ ਨਾ ਗੁੱਸੇ ਵਾਲੇ ਉਹਨੂੰ ਪਸੰਦ ਨਹੀਂ ਕਰਦਾ ਆਪਣੇ ਗੁੱਸੇ ਨੂੰ ਕੋਈ ਕਿਉਂ ਸਹੇਗਾ ਇੱਕ ਮਨੁੱਖ ਇੱਕ ਸੰਤ ਕੋਲ ਗਿਆ ਜਾ ਕੇ ਕਹਿੰਦਾ ਸੰਤ ਜੀ ਮੈਨੂੰ ਬੜਾ ਗੁੱਸਾ ਆਂਦਾ ਤੇ ਉਹ ਜੋ ਮੈਂ ਗੁੱਸਾ ਕਰਦਾ ਨਾ ਉਸ ਕਾਰਨ ਸਾਰੇ ਕਰਦੇ ਮਿਰਤੁਨਾਰਾਸ਼ ਰੇਂਦੀਨ ਮੇਰੇ ਨਾਲ ਉਖੜੇ ਉਖੜੇ ਰਹਿੰਦੇ ਨੇ ਬੋਲ ਪੈਣਾ ਫਿਰ ਬਾਅਦ 'ਚੋਂ ਮੈਂ ਉਹਨਾਂ ਨੂੰ ਪਛਤਾਉਣਾ ਪੈਂਦਾ ਤੇ ਲੋਕਾਂ ਨਾਲ ਨਜ਼ਰਾਂ ਵੀ ਨਹੀਂ ਮਿਲਾਪ ਹੁੰਦਾ ਕਈ ਵਾਰ ਗੁੱਸੇ ਵਿੱਚ ਔਖਾ ਵੀ ਬੋਲ ਦਿੰਨਾ ਜਿਸ ਕਾਰਨ ਬਾਅਦ ਵਿੱਚ ਦੁਖੀ ਹੁੰਨਾ ਯਾਦ ਰੱਖਿਓ ਆਪਾਂ ਗੁੱਸੇ ਵਿੱਚ ਕਈ ਕੁਝ ਬੋਲ ਜਾਂਦੇ ਆ ਬਾਅਦ 'ਚ ਮਾਫੀ ਵੀ ਮਿਲ ਜਾਂਦੀ ਹੈ ਪਰ ਜਿੰਨੂੰ ਕਹੇ ਨਹੀਂ ਉਹ ਕਦੇ ਨਹੀਂ ਬੋਲਦਾ ਤੇ ਕਦੀ ਨਾ ਕਦੇ ਉਹ ਸ਼ਬਦ ਫਿਰ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਉਹਨੇ ਜੋ ਸੀ ਸੰਤ ਜੀ ਨੂੰ ਕਿਹਾ ਵੀ ਮੈਂ ਬੜਾ ਦੁਖੀ ਹਾਂ ਹਾਂ ਪਰ ਇਹ ਜੋ ਮੇਰੀ ਆਦਤ ਹੈ ਨਾ ਇਹ ਜਾਂਦੀ ਹੀ ਨਹੀਂ ਕੁਝ ਸੋਚ ਵਿਚਾਰ ਕਰਨ ਤੋਂ ਬਾਅਦ ਕਹਿੰਦੇ ਜਦੋਂ ਤੈਨੂੰ ਗੁੱਸਾ ਆਏਗਾ ਨਾ ਮੰਨ ਲੈ ਤੇਰੇ ਮਨ 'ਚ ਕੋਈ ਗੱਲ ਆ ਗਈ ਵੀ ਜਿਸ ਨਾਲ ਅਗਲੇ ਨੂੰ ਦੁੱਖ ਪਹੁੰਚੇਗਾ ਉਹ ਤੋਂ ਕਹਿ ਐਵੇਂ ਕਰਨਾ ਹੈ ਵੀ ਕਈ ਵੇ ਮੈਂ ਗੁੱਸਾ ਕਰਾਂਗਾ ਪਰ ਅੱਜ ਨਹੀਂ ਕੱਲ ਕਰਨਾ ਜਦੋਂ ਵੀ ਆਏ ਬਸ ਆ ਕਹਿ ਮਨ ਨੂੰ ਤੂੰ ਸਮਝਾਉਣਾ ਉਹਨੇ ਕਿਹਾ ਸੰਤ ਜੀ ਐਵੇਂ ਕਹਿਣ ਨਾਲ ਥੋੜਾ ਗੁੱਸਾ ਸ਼ਾਂਤ ਹੋਵੇਗਾ ਤੇ ਫਿਰ ਮੈਂ ਅਗਲੇ ਦਿਨ ਗੁੱਸਾ ਕਰਾਂਗਾ ਸੰਤ ਜੀ ਕਿ ਸੰਤ ਜੀ ਨੇ ਅੱਗੋ ਕਿਹਾ ਪਿਆਰਿਆ ਤੂੰ ਕਰਕੇ ਤਾਂ ਤੇ ਉਹ ਕਰ ਜਾਂਦਾ ਕੋਈ ਗੱਲ ਹੋ ਜਾਂਦੀ ਹੈ ਉਹਨੂੰ ਗੁੱਸਾ ਆਉਂਦਾ ਪਰ ਉਹਨੂੰ ਇੱਕਦਮ ਸੰਤ ਜੀ ਦੀ ਗੱਲ ਯਾਦ ਆ ਜਾਂਦੀ ਹੈ ਗੁੱਸਾ ਕਰਾਂਗਾ ਕੱਲ ਨੂੰ ਅੱਜ ਨਹੀਂ ਮੈਂ ਕਰਨਾ ਪਰ ਥੋੜੀ ਦੇਰ ਬਾਅਦ ਉਹ ਤਾਂ ਜੋ ਗੁੱਸਾ ਸੀ ਉਹ ਸ਼ਾਂਤ ਹੋ ਗਿਆ ਯਾਦ ਰੱਖਿਓ ਜੋ ਗੁੱਸਾ ਹੈ ਨਾ ਇਹ ਜਿਵੇਂ ਅੱਗ ਵਿੱਚੋਂ ਧੂੰਆਂ ਨਿਕਲਦਾ ਹੈ ਨਾ ਉਵੇਂ ਹੁੰਦਾ ਹੈ ਇੱਕ ਬਦਲਵਾ ਜੇ ਕੁਝ ਪਲ ਉਹ ਠਹਿਰ ਜਾਏ ਫਿਰ ਕੀ ਹੁੰਦਾ ਹੈ ਵੀ ਆਪਾਂ ਜਦੋਂ ਉਹ ਅੰਦਰ ਹੀ ਹੁੰਦਾ ਹੈ ਤੇ ਕੀ ਉਹ ਅੱਗ ਬਣ ਜਾਂਦੀ ਹੈ ਪਰ ਜੇ ਉੱਤੀ ਉੱਟ ਜਾਏ ਫਿਰ ਉਹ ਆਪਣੇ ਦਿੱਸਦਾ ਵੀ ਨਹੀਂ بس ਉਵੇਂ ਉਹ ਥੋੜੇ ਸਮੇ ਆਪਾਂ ਚੁੱਪ ਰਹਿਣਾ ਹੈ ਕਈ ਲੋਕ ਆਖਦੇ ਨੇ ਜਿਵੇਂ ਗੁੱਸਾ ਨਹੀਂ ਕਰਦੇ ਪਰ ਜੋ ਲੋਕਣ ਜਾਣ ਬੁੱਝ ਕੇ ਸਾਨੂੰ ਗੁੱਸਾ ਦਵਾ ਦਿੰਦੇ ਆਪਾਂ ਕੋਈ ਟੀਵੀ ਆ ਕਿ ਜਾਂ ਫਿਰ ਕੋਈ ਰੇਡੀਓ ਆ ਵੀ ਉਹਨਾਂ ਬਟਨ ਕਮਾਇਆ ਜਾਂ ਟੀਵੀ ਦਾ ਬਟਨ ਦੱਬਿਆ ਤੇ ਬਸ ਉਹ ਚੱਲ ਪਿਆ ਆਪਾਂ ਇੰਨੇ ਹੌਲੇ ਕਿਉਂ ਹੋ ਗਏ ਕਿਉਂਕਿ ਕੋਈ ਆਪਾਂ ਨੂੰ ਗੁੱਸਾ ਦਵਾ ਜਾਏ ਕਿਉਂਕਿ ਸਾਡੀ ਸਭ ਤੋਂ ਬੁਰੀ ਗੱਲ ਪਤਾ ਕੀ ਹੈ ਆਪਾਂ ਹਰ ਗਲਤ ਗੱਲ ਦਾ ਗੁੱਸਾ ਦੂਜਿਆਂ ਤੇ ਪਾ ਦਿੰਨੇ ਆਂ ਐਵੇਂ ਤਾਂ ਹੋ ਨਹੀਂ ਸਕਦਾ ਕਿ ਸਾਰੇ ਲੋਕ ਸਾਡੇ ਅਨਸਾਰ ਬਦਲ ਜਾਣ ਜਿਵੇਂ ਅਸੀਂ ਕਹੀਏ ਉਵੇਂ ਹੋ ਜਾਣ ਫਿਰ ਆਪਾਂ ਨੂੰ ਗੁੱਸਾ ਨਾ ਆਵੇ ਮੇ ਜਿਵੇਂ ਮੈਂ ਕਹਾਂ ਉਵੇਂ ਹੋ ਜੇ ਫਿਰ ਆਪਾਂ ਨੂੰ ਗੁੱਸਾ ਹੀ ਨਾ ਆਵੇ ਹਰ ਚੀਜ਼ ਹਰ ਰੂਲ ਬਦਲ ਜਾਵੇ ਪਰ ਫਿਰ ਵੀ ਆਪਾਂ ਨੂੰ ਗੁੱਸਾ ਆਵੇਗਾ ਹੀ ਆਵੇਗਾ ਕਿਉਂਕਿ ਉਹ ਆਪਣੇ ਅੰਦਰ ਹੈ ਬਾਹਰ ਵਾਲੇ ਲੋਕ ਤਾਂ ਬਸ ਐਵੇਂ ਕਾਰਨ ਬਣ ਜਾਂਦੇ ਨੇ ਉਹ ਤਾਂ ਆਪਾਂ ਆਪਣੇ ਅੰਦਰ ਪਰਿਆ ਲੋੜੇ ਆਪਣੇ ਆਪ ਨੂੰ ਜਾਣਨ ਦੀ ਪਛਾਣਨ ਦੀ ਜਿਵੇਂ ਉਸੰਤ ਜੀ ਨੇ ਕਿਹਾ ਸੀ ਗੁੱਸਾ ਕੱਲ ਨੂੰ ਕਰੇ ਬਸ ਥੋੜੀ ਦੇਰ ਦਾ ਗੁੱਸਾ ਤੇ ਫਿਰ ਬਦਲ ਵਾਂ ਇਹ ਉੱਡ ਜਾਣਾ ਕਈ ਕਈ ਜਣੇ ਕਹਿੰਦੇ ਨਾ ਗੁੱਸੇ ਨੂੰ ਤਾਂ ਕੰਟਰੋਲ ਕਰਨਾ ਬੜਾ ਔਖਾ ਹੈ ਆਪਣੇ ਵਿੱਚੋਂ ਕਈ ਕਹਿ ਦਿੰਦੇ ਨੇ ਇਹ ਵੀ ਬੜਾ ਕਾਬੂ ਕਰਨਾ ਤੇ ਬਾਲਾ ਔਖਾ ਹੈ ਜਾਂ ਕੀਤਾ ਹੀ ਨਹੀਂ ਜਾ ਸਕਦਾ ਇਹ ਰੁਕਣ ਵਾਲੀ ਚੀਜ਼ ਥੋੜਾ ਜਦੋਂ ਆਵੇਗਾ ਤੇ ਆਪੇ ਆ ਜਾਂਦਾ ਫਿਰ ਨਹੀਂ ਦਿਖਦਾ ਕੌਣ ਛੋਟਾ ਹੈ ਕੌਣ ਵੱਡਾ ਹੈ ਆਪਾਂ ਨੂੰ ਸਭ ਇੱਕਦ ਹੈ ਜੇਕਰ ਆਪਾਂ غور ਕਰੀਏ ਆਪਾਂ ਉਸਤੇ ਗੁੱਸਾ ਕਰਦੇ ਹਾਂ ਜੋ ਆਪਣੇ ਤੋਂ ਕਮਜ਼ੋਰ ਛੋਟਾ ਆਪਣੇ ਤੋਂ ਉੱਚੇ ਤੇ ਗੁੱਸਾ ਕਰਕੇ ਵੇਖਿਓ ਪਹਿਲਵਾਨ ਤੇ ਕਰੋ ਭਾਵ ਤੁਹਾਡੇ ਤੋਂ ਵੱਧ ਸ਼ਕਤੀ ਹੋਵੇ ਜਿਸ ਵਿੱਚ ਉਸਤੇ ਕਰਕੇ ਵੇਖੋ ਆਪਾਂ ਜੋ ਸਾਡੇ ਨਾਲੋਂ ਵੱਧ ਤਾਕਤ ਵਾਲਾ ਨਾ ਉਸਤੇ ਆਪਾਂ ਕਦੇ ਵੀ ਗੁੱਸਾ ਨਹੀਂ ਕਰਦੇ ਭਾਵ ਸਾਡੇ ਤੇ ਕਿੰਨਾ ਗਲਤ ਕਰੇ ਕਿਉਂਕਿ ਪਤਾ ਹੈ ਇਹ ਨੁਕਸਾਨ ਕਰੇਗਾ ਇਸ ਦਾ ਭਾਵ ਕਿ ਗੁੱਸਾ ਵੀ ਆਪਣੀ ਪਸੰਦ ਦੇ ਮੁਤਾਬਿਕ ਕਰਦੇ ਕਿ ਕਿਸ ਨੇ ਕਰਨਾ ਹੈ ਤੇ ਕਿਸੇ ਨਹੀਂ ਕਰਨਾ ਗੁੱਸਾ ਸਾਡੀ ਪਸੰਦ ਹੈ ਅਸੀਂ ਚਾਹੀਏ ਤਾਂ ਗੁੱਸਾ ਕਰਾਂਗੇ ਨੀ ਚਾਉਂਦੇ ਤਾਂ ਨਹੀਂ ਕਰਾਂਗੇ ਗੁੱਸੇ ਨੂੰ ਆਪਾਂ ਰੋਕ ਸਕਦੇ ਹਾਂ ਜੋ ਸਾਡੇ ਤੋਂ ਤਾਕਤ ਚ ਵੱਡਾ ਹੈ ਉਸਤੇ ਅਸੀਂ ਗੁੱਸਾ ਨਹੀਂ ਕਰਦੇ ਜੋ ਸਾਡੇ ਤੋਂ ਛੋਟਾ ਹੈ ਉਸਤੇ ਆਪਾਂ ਆਪਣੀ ਤਾਕਤ ਵਿਖਾਉਂਦੇ ਆਪਾਂ ਤਾਂ ਗੁੱਸੇ ਵਿੱਚ ਸੁਣਦੇ ਹਾਂ ਕੋਈ ਕਿਸੇ ਦੇ ਹੱਥ ਵਿੱਚ ਚੁੱਕ ਦਿੰਦਾ ਏ ਕਿੰਨੀ ਗਲਤ ਗੱਲ ਹੈ ਜੋ ਆਪਣੇ ਘਰ ਦੇ ਲੋਕਾਂ ਤੇ ਹੱਥ ਚੁੱਕੇ ਉਹਨੂੰ ਆਪਾਂ ਮਨੁੱਖ ਕਿਵੇਂ ਕਹਾਂਗੇ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਜੇ ਕਿਸ ਨਾਲ ਐਵੇਂ ਹੋ ਰਿਹਾ ਤੇ ਚੁੱਪ ਨਾ ਰੋ। ਖੋਦਲੀ ਤੱਲੜਨਾ ਸਿੱਖੋ। ਜੇ ਕਦੇ ਪਹਿਲੀ ਵਾਰ ਐਵੇਂ ਕੁਝ ਤੁਹਾਡੇ ਨਾਲ ਹੋਇਆ ਤਾਂ ਉਦੋਂ ਹੀ ਰੋਕ ਦਿਵੋ। ਇਹਨੂੰ ਆਦਤ ਨਾ ਬਣਨ ਦਿਓ। ਆਪਣੀ ਤਾਕਤ ਆਪ ਬਣੋ। ਰੱਬ ਵੀ ਉਸਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਨ ਲਈ ਸਮਰੱਥ ਹੈ। ਆਪਾਂ ਜੋ ਕਰਦੇ ਹਾਂ ਉਹ ਸਾਡਾ ਹੀ ਬੁਰਾ ਜਾਂ ਚੰਗਾ ਕਰਦਾ ਹੈ। ਗੁੱਸੇ ਕਰਨ ਦਾ ਮਤਲਬ ਪਤਾ ਕੀ ਹੈ? ਦੂਸਰਿਆਂ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇਣਾ। ਗੁੱਸਾ ਉਹ ਹਵਾ ਦਾ ਬੁਲ ਲੈ ਜੋ ਜਗ ਦੇ ਦੀਵੇ ਬੁਝਾ ਜਾਂਦਾ ਹੈ। ਗੁੱਸਾ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਇਹ ਖੁਦ ਇੱਕ ਜੀ ਕੀ ਭਾਵ ਹੈ ਕਿ ਸੰਧਿਆ ਹੈ ਜੋ ਆਪਨੇ ਗੁੱਸੇ ਤੇ ਕਾਬੂ ਨਹੀਂ ਕਰਦਾ ਉਹ ਚਿੰਤਾ ਦੇ ਵਿੱਚ ਫਿਰ ਡੁੱਬਿਆ ਰਹਿੰਦਾ। ਲੱਗੇ ਸ਼ਾਮ ਤੱਕ ਆਪਾ ਉਹਨਾਂ ਕੰਮ ਨਾਲ ਨਹੀਂ ਥੱਕਦੇ ਜਿੰਨਾ ਕਿ ਆਪਾ ਗੁੱਸੇ ਨਾਲ ਥੱਕ ਜਾਂਦੇ ਆ। ਕੋਈ ਜੇ ਸਾਨੂੰ ਗੁੱਸਾ ਦਵਾ ਦੇ ਤਾਂ ਸਮਝਾਇਓ ਕਿ ਅਸੀਂ ਉਸ ਦੇ ਇਸ਼ਾਰੇ ਤੇ ਚੱਲਦੇ ਆਂ। ਸਾਡੀਆਂ ਖੁਸ਼ੀਆਂ ਦੀ ਚਾਬੀ ਉਸ ਦੇ ਹੱਥ ਵਿੱਚ ਹੈ। ਸਾਡੇ ਮੂੰਹ ਤੇ ਜੋ ਇਹ ਹੱਸਾ ਇਹਨਾ ਰੱਬ ਦੇ ਦਸਤਕ ਨੇ ਇਸ ਨੂੰ ਸਮਝੋ ਤੇ ਗੁੱਸਾ ਨੂੰ ਧੋਣ ਅਤੇ ਹੰਝੂ ਧੋਣ ਦੀ ਕੋਸ਼ਿਸ਼ ਕਰਦੇ ਪਏ ਨੇ ਗੁੱਸਾ ਆਉਂਦਾ ਜਦੋਂ ਜਦੋਂ ਬੋਲਣ ਤੇ ਤਾਕਤ ਨਹੀਂ ਲੱਗਦੀ ਪਤਾ ਗੁੱਸੇ ਹੋਣ ਤੇ ਚੁੱਪ ਰਹਿਣ ਤੇ ਤਾਕਤ ਲੱਗਦੀ ਜੋ ਜਿੰਨਾ ਮੁਰਖ ਹੁੰਦਾ ਉਹਨਾਂ ਜ਼ੋਰ ਕੇ ਗੁੱਸਾ ਕਰਦਾ ਤੇ ਜਿੰਨਾ ਕੋਈ ਸਿਆਣਾ ਹੋਵੇਗਾ ਉਹਨਾਂ ਚੁੱਪ ਰਹਿੰਦਾ ਗੁੱਸੇ ਨੂੰ ਜਿੱਤਣ ਲਈ ਚੁੱਪ ਸਭ ਤੋਂ ਵੱਡਾ ਸਹਾਇਕ ਹੈ ਗੁੱਸੇ ਵਿੱਚ ਹੋਵੋ ਤਾਂ 1 ਤੋਂ 10 ਗਿਣਤੀ ਗਿਣ ਲਓ ਜਾਦਾ ਗੁੱਸਾ ਹੋ ਤਸੋ ਤਾਂ ਗਿਣਤੀ ਗੇਲੋ ਗੁੱਸੇ ਦਾ ਵੀ ਆਪਣਾ ਪੂਰਾ ਖਾਨਦਾਨ ਹੈ ਤੁਹਾਨੂੰ ਪਤਾ ਹੈ ਗੁੱਸੇ ਦੀ ਪੈਣ ਜਿੱਦ ਗੁੱਸੇ ਦੀ ਘਰ ਵਾਲੀ ਹੈ ਹਿੰਸਾ ਗੁੱਸੇ ਦਾ ਪਰਾ ਹੈ ਹੰਕਾਰ ਗੁੱਸੇ ਦਾ ਪਿਤਾ ਹੈ ਡਰ ਜੋ ਜਿਸ ਤੋਂ ਡਰਦਾ ਹੈ ਗੁੱਸੇ ਦੀਆਂ ਧੀਆਂ ਹਨ ਨਿੰਦਾ ਤੇ ਚੁਗਲੀ ਗੁੱਸੇ ਦਾ ਪੁੱਤਰ ਹੈ ਵੈਰ ਤੇ ਇਸ ਖਾਨਦਾਨ ਦੀ ਨੂੰਹ ਹੈ ਈਰਖਾ ਮਾਂ ਹੈ ਇਸਤੀ ਕਿਸੇ ਤੋਂ ਇੱਛਾ ਕਰਨਾ ਇਸ ਤੋਂ ਹਮੇਸ਼ਾ ਦੂਰ ਰਹੋ ਇਹ ਪੂਰੇ ਖਾਨਦਾਨ ਤੋਂ ਦੂਰ ਗੁੱਸਾ ਕਰਮ ਖੁਦ ਨੂੰ ਨੁਕਸਾਨ ਨਾ ਪਹੁੰਚਾਓ ਕਿਸੇ ਤੇ ਕੋਈ ਅਸਰ ਨਹੀਂ ਪੈਂਦਾ ਇਸ ਲਈ ਚੁੱਪ ਰਵੋ ਅਤੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਰੋ ਅਤੇ ਇਹ ਸੋਚੋ ਕਿ 5 ਮਿੰਟ ਚੁੱਪ ਰਹਿ ਲਿਆ ਤੇ ਬਸ ਇਹ ਬਹੁਤ ਸੁਖ ਹੈ ਸਿਆਣੇ ਵੀ ਕਹਿ ਗਏ ਨੇ ਕਿ ਇੱਕ ਚੁੱਪ ਤੇ ਸੋ ਸੁਖ ਜਦੋਂ ਗੁੱਸਾ ਆਵੇ ਇਹ ਸੋਚੋ ਕਿ ਮੈਂ ਬੋਲਣਾ ਹੀ ਨਹੀਂ ਜੋ ਮੈਂ ਬੋਲਾਂਗਾ ਖੁਦ ਨੂੰ ਨੁਕਸਾਨ ਪਹੁੰਚਾਵਾਂਗਾ ਸਾਹਮਣੇ ਵਾਲੇ ਤੇ ਇਸ ਦਾ ਕੋਈ ਅਸਰ ਨਹੀਂ ਹੋਣਾ ਇਹ ਮੇਰਾ ਹੀ ਬੁਰਾ ਹੋਵੇਗਾ ਗੁੱਸਾ ਚਿੰਤਾ ਦਿੱ ਤਨਾ ਆਪਣੇ ਨਾਲ ਲੈ ਕੇ ਆਉਂਦਾ ਜਿੱਥੇ ਗੁੱਸਾ ਆ ਜਾਂਦਾ ਉਥੇ ਖਟਾਸ ਆ ਜਾਂਦੀ ਜੇ ਗੀਂਦੇ ਨੇ ਵੀ ਕਿਸੇ ਨੂੰ ਕੁਝ ਨਾ ਕੀਏ ਜੇ ਕਿਸੇ ਨੇ ਉਵੇਂ ਜੋ ਸਾਡੇ ਨਾਲ ਕਰਦਾ ਪਿਆ ਉਵੇਂ ਕਰਨ ਦੀ ਨਹੀਂ ਵਾਈਗਰੂ ਨੇ ਆਪਾਂ ਨੂੰ ਦਿਮਾਗ ਦਿੱਤਾ ਇਸ ਗੱਲ ਨੂੰ ਵੀ ਸਮਝਿਓ ਗੱਲ ਕਿਸ ਕੀ ਜੋ ਗੱਲ ਆਪਾਂ ਜਦੋਂ ਕਰਦੇ ਨੇ ਉਹ ਵੇਖੋ ਵੀ ਕਿਸ ਬਾਰੇ ਕੀਤੀ ਜਾ ਰਹੀਏ ਇਹ ਗੱਲ ਉਹਨਾਂ ਲਈ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁੱਸੇ ਕਾਰਨ ਜ਼ਹਿਰ ਭਰ ਗਿਆ ਗੁੱਸਾ ਇੱਕ ਐਸੀ ਅੱਗ ਹੈ ਜੋ ਕਰਨ ਸਮੇਂ ਵੀ ਜਲਦਿਆਂ ਕਰਦੇ ਵੀ ਤੇ ਬਾਅਦ ਵਿੱਚ ਵੀ ਨਾਲ ਲੈ ਸਾਡੇ ਮੰਦਰ ਚੱਲਦੀ ਰਹਿੰਦੀ ਆ ਆਪਾਂ ਉਹਨਾਂ ਗੱਲਾਂ ਨੂੰ ਹੀ ਸੁਧਾਰਨਾ ਗੱਲਾਂ ਨੂੰ ਦਿਲ ਤੇ ਨਹੀਂ ਲਾਉਣਾ ਉਹਨੇ ਗੁੱਸੇ ਦੀ ਚੁਜਵਾਲਾ ਉਹ ਅੰਦਰ ਨਹੀਂ ਬਨਾਨੀ ਉਹ ਗੱਲ ਨੂੰ ਉੱਥੇ ਛੱਡ ਅੱਗੇ ਵਜਾਓ ਨਾ ਤੁਸੀਂ ਕਿਸੇ ਦਾ ਗੁੱਸਾ ਸਹਿ ਸਕਦੇ ਹੋ ਤੇ ਨਾ ਕੋਈ ਤੁਹਾਡਾ ਤੇ ਫਿਰ ਕਿਉਂ ਇਸ ਜ਼ਹਿਰ ਨੂੰ ਪਾਲ ਕੇ ਬੈਠੇ ਆ ਜਿੰਨਾ ਇਸ ਬਿਮਾਰੀ ਨੂੰ ਪਾਲਾਂਗੇ ਉਹਨਾਂ ਵੱਧਦੀ ਜਾਏਗੀ ਫਿਰ ਖੋਦਾਂ ਮਨ ਵੀ ਦੁਖੇਗਾ ਤੇ ਅਗਲੇ ਦਾ ਵੀ ਖੋਦੀਆਂ ਨਜ਼ਰਾਂ ਤੋਂ ਵੀ ਟਿੱਕਾਂਗੇ ਤੇ ਦੂਜਿਆਂ ਤੋਂ ਵੀ ਤੇ ਛੱਡੋ ਇਸ ਰੋਗ ਨੂੰ ਬਸ ਥੋੜੀ ਦੇਰ ਦੀ ਚੁੱਪ ਬਾਅਦ ਵਿੱਚ ਤੁਹਾਨੂੰ ਸ਼ਾਂਤ ਕਰ ਦੇਵੇਗੀ ਫਿਰ ਆਓ ਅੱਜ ਤੋਂ ਇਸ ਆਪ ਤਿਆਗ ਕੇ ਤੇ ਵਾਹਿਗੁਰੂ ਦੇ ਲੜ ਲੱਗिए ਵਾਹਿਗੁਰੂ ਦਾ ਨਾਮ ਜਪੀਏ